किथे गए ने तेरे पोत्र ते तेरी नौ किथे है बीबी जी ओ अच्छी करे काम कर दे होने ने ए अपने ड्रामे बाजियां ए मस्तियां ते लागर्जियां खत्म करो अगर काम करने ते बंदे दी तरह करो वरना छुट्टी करो देखो एक औरा आ गई टैल के तेनु टैलां तो लावा काम नहीं आंदा चल परे हो के अपने सारे गल कड़ साड़ी तेरी औकात नहीं साडे नाल खलोण दी चल मैं ते बीबी जी रोटी देन गई सा अपने शोहर दी मेरी बहन ए नौकरा ते मुंह ना लगया कर इना ते मुंह लगे ते सिर चढ़ जांदे ने ए ना तेरी जबान नहीं समझणगे इना नु सिर्फ मेरी जबान समझ च आएगी बीबी जी को गलती हुई है ते मैं माफी मांगना की गल है अज एडे गुस्से च क्यों हो तुसी तुहाडी ते ना हुण आदत बन गई है ए मिन्नतां करना गिड़गिड़ाना ते माफी मांगना ਜਿਹੜਾ ਟਾਈਮ ਤੁਸੀਂ ਇਸ ਵਿੱਚ ਜ਼ਾਇਆ ਕਰ ਦਿੰਦੇ ਹੋ ਓਏ ਤੁਸੀਂ ਕੰਮ ਕਰ ਲਿਆ ਕਰੋ ਬੀਬੀ ਜੀ ਗਰੀਬ ਆਦਮੀ ਆ ਮੈਂ ਤੁਹਾਡਾ ਦਿੱਤਾ ਖਾਣੇ ਆ ਤੁਹਾਡੇ ਨਮਕ ਖਾਣੇ ਆ ਕੀ ਗੱਲ ਹੈ ਅਡੇ ਗੁੱਸੇ 'ਚ ਅੱਜ ਕਿਉਂ ਹੋ ਨਾਲੇ ਠੀਕ ਹੈ ਮੈਂ ਗਰੀਬ ਜ਼ਰੂਰ ਹਾਂ ਪਰ ਤੁਸੀਂ ਅਡਾ ਗੁੱਸਾ ਨਾ ਹੋਇਆ ਕਰੋ ਕਮ ਸੇ ਕਮ ਪਿਆਰ ਔਰ ਅਦਬ ਨਾਲ ਬੋਲਿਆ ਕਰੋ ਅੱਛਾ ਤੇ ਹੁਣ ਤੂੰ ਮੈਨੂੰ ਦੱਸੇਗਾ ਕਿ ਮੈਂ ਅਦਬ ਨਾਲ ਗੱਲ ਕਰਨੀ ਹੈ ਤੁਹਾਡੇ ਨਾਲ ਜਾਂ ਨਹੀਂ ਹੁਣ ਤੁਸੀਂ ਮੈਨੂੰ ਸਿਖਾਓਗੇ ਅਸੀਂ ਬਦਤਮੀਜ਼ ਹੈ ਸਾਡੇ 'ਚ ਕੋਈ ਅਦਬ ਨਹੀਂ ਹੈ ਇਤਰਾਮ ਨਹੀਂ ਹੈ ਹਾਂ ਕੀ ਗੱਲ ਹੈ ਰਿਮਸ਼ਾ ਪੁੱਤਰ ਕਿਉਂ ਇੱਥੇ ਇਹਨਾਂ ਨੂੰ ਖੜਾ ਕੀਤਾ ਹੋਇਆ ਮੇਰਾ ਬੇਟਾ ਪੁੱਛੋ ਇਹਨਾਂ ਕੋਲੋਂ ਉਹ ਦੱਸ ਭਾਈ ਕੀ ਗੱਲ ਤੂੰ ਕੀਤੀ ਹੈ ਮੇਰੀ ਧੀ ਨੂੰ ਇਹਨਾਂ ਗੁੱਸਾ ਕਿਉਂ ਚੜਿਆ ਹੋਇਆ ਹਾਂਜੀ ਮੈਂ ਤੇ ਕੁਝ ਨਹੀਂ ਆਖਿਆ ਮੈਂ ਤੇ ਰੇੜੀ ਲੈ ਕੇ ਜਾਣ ਡਿਆ ਸਾਂ ਪਤਾ ਨਹੀਂ ਕਿੱਦਾਂ ਗੁੱਸਾ ਬੀਬੀ ਹੋਰੀ ਮੇਰੇ ਤੇ ਕੱਢ ਰਹੇ ਨੇ ਓਏ ਮੂੰਹ ਸੰਭਾਲ ਕੇ ਗੱਲ ਕਰ ਹੋਸ਼ ਨਾਲ ਗੱਲ ਕਰ ਤੂੰ ਤਮੀਜ਼ ਨਹੀਂ ਕਿ ਤੂੰ ਕਿਹਦੇ ਨਾਲ ਗੱਲ ਕਰ ਰਿਹਾ ਬੇਟਾ ਨੌਕਰਾਂ ਚਾਕਰਾਂ ਦੇ ਮੂੰਹ ਨਹੀਂ ਜ਼ਿਆਦਾ ਲੱਗੀਦਾ ਹੁੰਦਾ ਜਾਓ ਮੇਰਾ ਬੇਟਾ ਘਰ ਮੈਂ ਆਪ ਪੁੱਛ ਦੱਸ ਲੈਣਾ ਇਹਨਾਂ ਦੇ ਕੋਲ ਜਾਓ ਚੱਲ ਤਾਂ ਹੋ ਜਾ ਨਿਕਲ ਲੈ ਤੂੰ ਚੱਲ ਤੂੰ ਵੀ ਅੱਜ ਤੋਂ ਬਾਅਦ ਅਗਰ ਮੇਰੀ ਧੀ ਨਾਲ ਕੋਈ सवाल जवाब किया तो मेरे तो बुरा कोई ना उसी चल निकल हां शाहरुख जी ते तू वही थे हां जी मैं तन गलिया ना अक्साल हां उनिया दो में उन बहना वदिया उस मैं सुने आ दिता उन वाकी मेरा टाइम निकला तो मैं आज इथे बा गप्पा मारी ਉਹ ਜਾ ਆਉਂਦੇ ਘਰ ਉਹ ਤੁਨ ਵਾ ਕੋ ਤੇਰੀ ਇੰਤਜ਼ਾਰ ਚ ਵਦਾ ਹੈ ਉਹ ਨੀਆਂ ਦੋ ਮੈਂ ਭੈਣਾ ਵਦੀਆਂ ਚਲੋ ਬਾਹ ਇਹ ਦੱਸੋ ਹਾਂਜੀ ਹੋਰ ਤੈਨ ਕੋਈ ਗੱਲ ਬਾਤ ਕੀਤੀ ਆ ਨਹੀਂ ਅੱਛਾ ਅਕਸਾ ਤਾਂ ਚਲੋ ਤੂੰ ਗੱਲ ਕਰ ਰਹੇ ਹੋ ਤਾਂ ਜੱਸੀ ਕੀ ਆ ਤੇ ਮੇਰੀ ਘਰ ਦੀ ਵਧੀਆ ਉੱਥੇ ਹਾਂਜੀ ਮਾ ਕੀ ਕਰ ਲੋਕ ਕਿਵੇਂ ਦਾ ਰਹੇ ਆ ਅੱਛਾ ਉਹਦੀ ਚੰਗੀ ਬੇਇੱਜ਼ਤੀ ਹੋਈ ਕਾਹ ਕੀਤੀ चल तू घर क्यों मैं गल्ला सुननिया ओ बेवकूफा सारी गल्ला सुनन दी नहीं भी होंदियां चल शाबा मैं क्यों मैं सुननिया ओए मैं सुन के जानियां अस्सलाम वालेकुम वालेकुम सलाम उठ भी जा जा भाग जा भाग जा चल चल निकल चल भाग जा बो शैतान हो गई है छोर भी और बस ठीक तेरी इंतजार है बह बह के कुछ अगे लिस्सा मु ਤੇ ਜੱਟ ਇੱਕ ਮੈਂ ਹੋਰ ਬਾਹਰ ਇੰਦਾ ਤੇ ਸ਼ਾਇਦ ਮੈਂ ਇੱਥੇ ਸੁੱਕ ਜਾਂਦੋ ਤੈਨੂੰ ਜੋ ਮੈਂ ਕਿਹਾ ਹੈ ਉਹ ਸ਼ਾਹਰੁਖ ਨੂੰ ਨਾ ਭੇਜਿਆ ਕਰ ਮੇਰੀਆਂ ਭੈਣਾਂ ਆਉਂਦੀਆਂ ਨੇ ਘਰ ਕੋਈ ਸ਼ਾਪਿੰਗ ਕਰਨ ਜਾਣੀ ਆ ਬਾਹਰ ਜਾਣ ਤਾਂ ਵੀ ਫਿਰ ਹੁੰਦਾ ਵੇ ਫਿਰ ਵੀ ਤੂੰ ਉਹਨੂੰ ਭੇਜ ਦਿੱਤਾ ਤੇ ਫਿਰ ਮੈਂ ਇਹ ਨਾ ਸੋਚ ਕੇ ਮੇਰੇ ਅੱਬੂ ਨੂੰ ਕਿਸੇ ਨੇ ਦੱਸ ਦਿੱਤਾ ਕਿ ਉਹ ਨੌਕਰ ਦੇ ਨਾਲ ਮੇਰੀ ਧੀ ਦੇ ਪਿਆਰ ਕਰਦੀ ਹੈ ਤੇ ਫਿਰ ਮੇਰੇ ਤੇ ਮੇਰੇ ਅੱਬੂ ਦੀ ਇੱਜ਼ਤ ਕੀ ਰਹਿ ਜੇ ਅੱਛਾ ਇਹਦਾ ਮਤਲਬ ਹੈ ਕਿ ਤੂੰ ਮੈਨੂੰ ਨੌਕਰ ਹੀ ਸਮਝਦੀ ਹੈ ਓਹੋ ਮੈਂ ਨੌਕਰ ਨਹੀਂ ਸਮਝਦੀ ਮੇਰੀਆਂ ਭੈਣਾਂ ਤੇ ਮੇਰੇ ਅੱਬੂ ਤੇ ਸਮਝਦੇ ਨੇ ਨਾ ਲੋਕ ਤੇ ਵੇਖਦੇ ਨੇ ਮੈਂ ਦੱਸ ਕੀ ਕਰਾਂ ਫਿਰ ਉੱਥੇ
ਤੈਨੂੰ ਪਿਆਰ ਹੈ ਤਾਂ ਪਿਓ ਦੀ ਦੌਲਤ ਨਾਲ ਵਰਨਾ ਤੈਨੂੰ ਮੈਂ ਕਿਤਨੀ ਵਾਰੀ ਆਖਿਆ ਕਿ ਨੱਸ ਜਾਵੀਏ ਤੇ ਤੂੰ ਨਹੀਂ ਨੱਸੀ ਮੈਨੂੰ ਪਿਓ ਦੀ ਦੌਲਤ ਨਾਲ ਪਿਆਰ ਹੁੰਦਾ ਤੇ ਮੈਂ ਤੇਰੇ ਨਾਲ ਪਿਆਰ ਨਹੀਂ ਸੀ ਕਰਨਾ ਕਿੱਥੇ ਮੈਨੂੰ ਲੈ ਕੇ ਜਾਣਾ ਚੱਲ ਮੈਨੂੰ ਲੈ ਜਾ ਕਿਸ ਵਕਤ ਲੈ ਕੇ ਜਾਣਾ ਚੱਲ ਮੈਂ ਤੇਰੇ ਨਾਲ ਚੱਲਣ ਨੂੰ ਤਿਆਰ ਹਾਂ ਜਿਸ ਵਕਤ ਕਹੇਂਗਾ ਮੈਂ ਤੇਰੇ ਨਾਲ ਚਲੀ ਜਾਵਾਂਗੀ ਹੁਣ ਸਿਰ ਕਿਉਂ ਥੱਲੇ ਝੁਕਾ ਕੇ ਬੈਠਾ ਹੈ ਹੁਣ ਮੈਨੂੰ ਦੱਸ ਲੈ ਜਾ ਸਕਦਾ ਹੈ ਮੈਨੂੰ ਤੂੰ ਸਵੇਰੇ ਤਿਆਰੀ ਕਰ ਹਾਂ ਮੈਂ ਤੇ ਲੈ ਜਾਣਾ ਠੀਕ ਹੈ ਮੇਰੀ ਤਿਆਰੀ ਹੋਏਗੀ ਸੋ ਤੇ ਇੱਕ ਹੈ ਗੱਲ ਸੋਚ ਲਈ ਨਾਲ ਇਹ ਜਿਹੜੇ ਤੇਰੇ ਇੱਥੋਂ ਵਾਲੇ ਹੈ ਨਾ ਐਸ਼ੋ ਆਰਾਮ ਕੱਪੜਾ ਜੁੱਤੀ ਇਹ ਤੇਰੇ ਸੁਰਖੀਆਂ ਪਾਊਡਰ ਮੈਂ ਗਰੀਬ ਬੰਦਾ ਮੈਂ ਤੇਰਾ ਬਾਹਰ ਨਹੀਂ ਚੁੱਕ ਸਕਦਾ ਅਤੇ ਬਾਕੀ ਜੇ ਮੈਂ ਦਾਲ ਨਾਲ ਖਾਧੀ ਤਾਂ ਤੂੰ ਵੀ ਦਾਲ ਨਾਲ ਖਾਣੀ ਹੈ ਅਤੇ ਮੈਂ ਅਗਰ ਕੱਟੇ ਨਾਲ ਖਾਧੀ ਤਾਂ ਤੂੰ ਵੀ ਖਾਣੀ ਗੱਲ ਸੁਣਨਾ ਅਗਰ ਮੈਂ ਪੈਸਿਆਂ ਨਾਲ ਕਰਨਾ ਹੁੰਦਾ ਤਾਂ ਮੈਂ ਫਿਰ ਕਿਧਰੇ ਹੋਰ ਕਰ ਲੈਣਾ ਸੀ ਤੇਰੇ ਨਾਲ ਮੈਂ ਨੱਸ ਕੇ ਨਹੀਂ ਸੀ ਜਾਣਾ ਨਹੀਂ ਮੈਂ ਤਾਂ ਵੈਸੇ ਤੇਰੇ ਨਾਲ ਮਜ਼ਾਕ ਕਰ ਰਿਹਾ ਬਈ ਤੂੰ ਕੀ ਆਨੀ ਅਤੇ ਅੱਛਾ ਠੀਕ ਹੈ ਮੈਂ ਜਾਣਾ ਤੇ ਤੂੰ ਤਿਆਰੀ ਕਰ ਮੈਂ ਕੱਲ ਇਸੇ ਟਾਈਮ ਤੇ ਲੈਣ ਉਸਾ ਠੀਕ ਹੈ ਹੈਲੋ ਬਿਸਮਿਲਲਾ ਤਰਾਂ ਉਸਾ ਥਿਆ ਅੱਜ ਟਾਈਮ ਲੱਦੇ ਥਾਂ ਹੈਂ ਆਈ ਤਾਂ ਅੱਲਾ ਤੁਲੂ ਤੱਲੂ ਤਾਂ ਸ਼ਾ ਹੋਰ ਮੰਦ ਲੈਂਦਾ ਨਾ ਤੋ ਵੀ ਠੀਕ ਜਾਣੀ ਆ ਠਹਿਰ ਤਾਂ ਹੈ ਮੇਰੀ ਗੱਲ ਸੁਣ ਕੁੱਕੂ ਕਿਧਰੇ ਵੇਖਿਆ ਹੈਂ शादी शुदा आ चंगा भला मेरा घर आला है हट्टा कट्टा है कमाउण आला है ते तू कुछ अकल करया कर अच्छा ਉਹ ਮੈਨੂੰ ਦਿਸਦਾ ਪਿਆ ਜਿਹੜਾ ਹੱਤਾ ਥੱਤਾ ਹੈ ਉਹਦੇ ਉੱਤੋਂ ਚਾਰ ਤਾਂ ਨਹੀਂ ਰਜਦੇ ਬਾਤੀ ਰਹਿ ਦੀ ਡਾਲ ਮੇਰੀ ਇੱਕ ਤਾਂ ਬੰਦਾ ਆਉਂਦਾ ਨਾ ਮੈਂ ਹੱਥ ਧੋ ਤੇ ਤੇਰੇ ਮਦਰ ਲਾ ਦਿਆਂ ਲੇਟਨ ਮੈਂ ਤੇਰੇ ਮਦਰ ਨਾ ਧੋ ਤੇ ਲੱਦੋ ਆ ਜਿੱਤਾਂ ਤਾਂ ਤੈਨੂੰ ਹਾਸਲ ਨਹੀਂ ਨਾ ਤਰਨਾ ਮੈਨੂੰ ਹੀ ਸੁਸਤੀ ਨਹੀਂ ਦਰ ਤਾਂ ਇਹਨੂੰ ਆਉਂਦੀ ਤੂੰ ਮੇਰੇ ਨਾਲ ਫਜ਼ੂਲ ਗੱਲਾਂ ਨਾ ਕਰ ਮੈਨੂੰ ਇਹ ਦੱਸ ਕਿ ਕੁੱਕੂ ਤੈਨੂੰ ਪਤਾ ਕਿੱਥੇ ਹੈ ਕੁੱਕੂ ਦਾ ਤੂਤੂ ਦਾ ਹਾਂ ਤੂਤੂ ਬਾਈ ਤਿੱਥੇ ਥੋੜਾ ਜਿਹਾ ਮੱਠਾ ਹੋ ਹੈ ਤੈਨੂੰ ਦੱਸੇ ਨਾ ਹੁਣ ਦੱਸਾਂ ਦੱਸ ਵੀ ਸੱਚੀ ਸੱਚੀ ਦੱਸ ਤੈਨੂੰ ਦੱਸਾਂ ਮੈਂ ਕਹਿੰਦੀ ਆ ਬੋਲ ਤੇ ਸਹੀ ਹੁਣ ਉਹ ਜਿਹੜਾ ਤੂਤੂ ਹੈ ਨਾ ਉਹ ਤੈਨੂੰ ਦੱਸੇ ਨਾ ਦੱਸ ਹੁਣ ਮੈਂ ਦੱਸੂ ਆਉਂ ਤੇ ਦੱਸ ਨਾ ਇਹ ਸੱਚੀ ਦਾਲ ਲਈ ਹੁਣ ਮੈਂ ਤੈਨੂੰ ਦੱਸੂ ਆਉਂ ਵੀ ਤੂਤੂ ਸੀ ਦੇ ਮਰ ਜਾਵੇ ਜਲਦੀ ਦੱਸ ਹੁਣ ਤੈਨੂੰ ਦੱਸਾਂ ਦੱਸ ਵੀ ਵੇਖ ਲਈ ਦੱਸਾਂ ਮੈਂ ਕਹ ਦੱਸ ਜਿਹੜੀ ਅਸਟਾ ਹੈ ਜਾਣਨੀ ਕਿਹੜੀ ਅਕਸਾ ਜਾਂ ਤੈਨੂੰ ਤੰਨਾ ਦੇ ਮੋੜ ਸੱਟੀ ਆ ਇਹ ਤੈਨੂੰ ਕਿਸ ਤਰ੍ਹਾਂ ਪਤਾ ਹੈ ਇਹ ਤੈਨੂੰ ਅੱਲਾ ਦੇ ਬੰਦਿਆ ਮੈਂ ਤਾਂ ਰਾਤ ਸਮਝ ਲੱਦਿਆ ਵੀ ਤੇਰੇ ਉੱਤੇ ਹੱਥ ਰੱਖ ਤੇ ਸਮਨਾ ਮੈਨੂੰ ਤੇਰੀ ਰਾਤ ਰਾਤ ਦਾ ਪਤਾ ਉਹ ਅਸਤਾ ਤੇ ਤੂੰ ਤੂੰ ਸਾਹਿਬ ਇਹ ਆਪਸ ਵਿੱਚ ਪਿਆਰ ਦੀਆਂ ਝੋਂਦਾਂ ਪੈਂਦੇ ਨੇ ਹਨਾ ਇਲਜ਼ਾਮ ਲੈਣਾ ਮੇਰਾ ਕੁੱਕੂ ਨਹੀਂ ਇਸ ਤਰ੍ਹਾਂ ਦਾ ਹਾਂ ਉਹ ਤਾਂ ਬਾਈ ਪੰਜੇ ਵਾਤ ਦਾ ਨਮਾਜ਼ੀ ਹਾਜੀ ਤੁਦਰਾ ਤੁੱਲਾ ਹਰ ਵੇਲੇ ਮਸੀਤਾਂ ਨੂੰ ਬਣਾ ਓਏ ਉਹ ਹੈ ਹੀ ਹੋ ਜਿਆ ਮੈਂ ਨਹੀਂ ਮੰਨਦੀ ਤੂੰ ਨਹੀਂ ਨਾ ਮੰਨਦੀ ਤਾਂ ਨਾ ਮੰਨ ਪਰ ਉਹ ਮੈਂ ਤਾਂ ਜਾਤੇ ਆਇਆ ਆਪਣਾ ਹਲ ਬਾਣੇ ਤੂੰ ਤਾਂ ਹੈ ਵੇਲੀ ਹਾਂਜੀ ਛੋਟੀ ਜਿਹੀ ਗੱਲ ਕਰਨੀ ਸੀ ਤੁਹਾਡੇ ਨਾਲ ਗੱਲਾਂ ਛੱਲਾਂ ਬਾਅਦ ਕਰੀ ਤੇ ਦੱਸ ਉਹ ਤੱਲੂ ਕਿਤੇ ਤੈਨੂੰ ਉਹ ਟਰੈਕਟਰ 'ਤੇ ਮਾਣ ਵੇਖਿਆ ਜਾਂਦਿਆਂ ਹੁਣ ਬੁਲਾ ਫੌਰੀ ਅੱਛਾ ਜੀ ਸਾਹਿਬ ਜੀ ਇੱਕ ਛੋਟੀ ਜਿਹੀ ਦਰਖਾਸਤ ਕਰਨੀ ਸੀ ਟਾਈਮ ਹੈ ਤੁਹਾਡੇ ਕੋਲ ਬੋਲ ਬੋਲ ਦੱਸ ਸਾਹਿਬ ਜੀ ਮੂੰਹ ਛੋਟਾ ਗੱਲ ਵੱਡੀ ਅਗਰ ਗੁੱਸਾ ਨਾ ਕਰੋਗੇ ਤੇ ਮੈਂ ਕਰਾਂ ਕੀ ਬੁਝਾਰਤਾ ਪਾ ਰਹੀ ਹੈ ਗੁੱਸੇ ਵਾਲੀ ਗੱਲ ਹੋਈ ਕਿਤੇ ਦਿਲਾਵਰ ਖਾਨ ਜ਼ਰੂਰ ਗੁੱਸਾ ਕਰੇਗਾ ਬੋਲ ਤੱਲੂ ਆ ਗਿਆ ਇਹਦੇ ਆ ਬਈ ਤੱਲੂ ਇੱਥੇ ਬਹਿ ਨਾ ਬਹਿ ਜਾ ਡਰ ਨਾ ਇਹ ਦੱਸ ਤੂੰ ਇਹ ਕਿਤੇ ਜਾ ਰਿਹਾ ਹਾਂਜੀ ਉਹ ਫੋਨ ਪਾਵਣ ਜਾਂਦਾ ਪਿਆ ਬਹੁਤ ਅੱਛੇ
जो जाना ना तो मेरे ख्याल है तू बाजार दे विच लगना है ते चार बोरियां खा दिया ना वो भी पिछे सट लवी है ठीक हो जा ते वो भी ले जावी ते परसों तू साडे नाल फैसलाबाद जावना ते काम धंधे जड़े होवन ना कल सारे मुका लवी ठीक है बोरियां खा दियो शेर वालियां लेनियां ने या नवे दीदार मिदार शेर वालियां ही लेनियां ने हां मुड़ मुड़ पुछदा हां भाई कर अपनी फरियाद तू भाई बुढ़े हाँ जी मैं गल तो नाला करनी सी धी का विह करना मैं थोड़े जे पैसे चाहिए ने धी का विह है तो कोई गल नहीं बीबी साहब को जाके ले ला 10-20 हज़ार रुपया कोई एड्डी वड्डी गल नहीं 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 खान जी 10-20 हज़ार नाल कित्थे कम चलना शरीके नू मूँह विखाना मैं बेटी की रुखसती करनी है कुछ दाज वाज देना उसनू ते 10-20 हज़ार तो कुछ भी नहीं मैनू 2 लाख रुपया चाहिए शर्म कर 2 लाख रुपया अगे जरा 1 लाख रुपया लिया हूं तक वो तो वापस नहीं होया उत्तू होर 1 लाख रुपया मंगन लग गया हाँ जी देखो ना मैं भी तुहाडा मुलाजम मेरा पुत्र भी तुहाडा मुलाजम मेरी नूह भी तुहाडी मुलाजम थोड़े थोड़े करके ला देंगे भाई मुफ्त नौकरी कर रहे हो अगर सारे मुलाजम हो तो तुहानू मैं खवाना पिवाना घर दित्ता होया दुध लस्सियां तुहानू मिलदियां ने बरातां मिलदियां ने हुण सारा कुछ जमीना तुहाडे नाल लवा देवां नहीं 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 खान जी अल्लाह तुहानू नसीब करे जमीना मैनू सिर्फ 2 लाख रुपया दे दियो आलिया हां जी तू जा घर ते ओ छोटी बीबी रिमशा नहीं 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 रिमशा नहीं अक्सा नू रिमशा मेरी दीदे कहंदी अबू जी तुसी लुटाई जा रहे हो जेड़ा को मंगदा दीती जा रहे हो तो पैसे तुसी बड़े खर्च कर दियो अक्सा मेरी दीदी नू कहे 1 लाख रुपया तेन चाह के देवेगी ठीक है जी ठीक है जा तू जल्दी हाँ भाई ठीक है घबरा ना रुकती वेले और भी तू कर देगा दिलावर खान मेहरबानी खान जी गल वड्डा करके दीदे दे रख ते शादी कर अल्लाह तुहानू खुश रखे खान जी कोई गल नहीं कम शम ध्यान नाल करया करो मैं भी मेहनत नाल बनया कोई आसमान फाड़ के मेनू नहीं अल्लाह ने पैसे दिते मेहनत नाल पैसे साहब जी अक्सा तो कोई नहीं सी रिमशा बीबी है सी ते मैं उन्होंने आख्या ते ओ गुस्सा कर गए ने नहीं दिते उन्होंने गरीब होना कोई जुर्म नहीं बेवकूफ होना जुर्म है मैं तेनू कह के भेजा कि रिमशा दी नाल गल नहीं करनी साहब जी है नहीं सी अक्सा ते तू वापस आ जांदी अबू जी एने की सुन रही हां की सुनया बेटा तुसी तुसी एना नौकरा ते पैसे लुटाई जांदे हो नौकर ने साडे एना औण ते असी वड्डे किस तरह सदाईए साडी शान और शौकत मेहनत करदे ने इन्हां दी वजह तों साडे कोल पैसा आउंदा है तुसी पढ़ रहे हो अच्छे स्कूलां च कॉलेजां च हुण मैं ते नहीं ना इस उमर छल वाणे ते बीज सटणे ते इन्हां दी जरूरतां सही पूरियां करनियां ने मेरा बेटा ते मेरा बेटा ये दसो मेरी धी अक्सा किधे ਇਹੀ ਤੇ ਮੈਂ ਤੁਹਾਡੇ ਕੋਲ ਪੁੱਛਣ ਆਈ ਆ ਕਿ ਅਕਸਾ ਕਿੱਥੇ ਹੈ ਮੇਰੀ ਅਲਮਾਰੀ ਵਿੱਚ ਵੀ ਕੋਈ ਪੈਸੇ ਪੂਸੇ ਨਹੀਂ ਤੇ ਅਕਸਾ ਦੀ ਅਲਮਾਰੀ ਵੀ ਖੁੱਲੀ ਹੋਈ ਸੀ ਉਹਦੇ 'ਚ ਵੀ ਕੋਈ ਪੈਸਾ ਨਹੀਂ ਹੈ ਤੇ ਅਕਸਾ ਵੀ ਗਾਇਬ ਹੈ ਰਿਮਸ਼ਾ ਇਹ ਤੂੰ ਕੀ ਕਹਿ ਰਹੀ ਹੈ ਅਬੂ ਜੀ ਮੈਂ ਸਹੀ ਕਹਿ ਰਹੀ ਹਾਂ ਅਕਸਾ ਦਾ ਕੋਈ ਪਤਾ ਨਹੀਂ ਸਾਨੂੰ ਤੇ ਤੱਲੂ ਜੀ ਮਾਲ ਫੌਰਨ ਅਕਸਾ ਨੂੰ ਲੱਭੋ ਤੇ ਤਿੱਦੋ ਲੱਭੀਏ ਤੁਹਾਨੂੰ ਮੈਂ ਦੱਸੇ ਨਾ ਵੀ ਇਸ ਸਾਥੀ ਦੇ ਫੌਰਨ ਦੱਸ ਉਹ ਤੂੰ ਤੂੰ ਨਹੀਂ जेडी सच्ची दाल हुंदी है ना तौड़ी लगदी बकवास कर रहे तेरे कोल गवाह है कोई तेरे कोल शाहिद है बिल्कुल है कौन है ना मैनू पता मेरी दाल ते तिसे नहीं यकीन करना शारोस जी जल्दी आ जी सारी दाल दस तू तू ते अस्ताल ये नानू अच्छा ते कुकु बाग ही मिल दे डेरे यहाँ ते मिल दे किधर ही मिल दे ये साचे साड़ा अक्सा कुकु मैं तो अड़ी दो मंदी आत्मा रोल के रख दांगा तू दस मैंने वालिया दी बच्ची कितने मेरी थी मैंने नहीं पता तेनू नहीं पता थे और क्यों नहीं पता मैं तेरा गल घोट देना नहीं 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 खान जी नहीं कुछ ना आखो मासूम है
ओए किस तरह मासूम हो सकती है, साडे घर चिड़ी नहीं पार मार सकती, यही जानती सी, इनू सारा पता है, यही विचोले ने। दस मेरी दी किथे अक्सा? मैनू कुछ नहीं पता। मैनू कुछ नहीं पता, बोली तो मैं तेरी जबान फाड़ देनी। अबू जी मैनू नहीं पता। हुण पता ला दे, मेरी दाल दा तू उसने मजाक बना लिया, तेन मैं आख्या ना भी ये रोला है ही। नहीं 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 चलू, तू तू झूठ बोल रहे है, शाहरुख भी झूठ बोल रहे है। फेरा पुत्र चुप कर बुढ़िया, दस मेरी दी कलन साई आई थे, क्यों नसाई है तू, दस मैनू। मैं साहब जी मैनू नहीं पता। तैनू नहीं पता थे, उन जमीन खा गई, आसमान निकल गया, तू ही सारे घर आउंदी सी, तू ही तो सारा निजाम वेच देखती सी साडे घर दा। तैनू मैं आखरी मौका देना, दस। नहीं हां जी, नहीं हां जी, रब दा वास्ता जी, रब दा वास्ता जी, इहनू कुछ ना आखो। हट बुढ़े, सिवाय पैरां फदन च तैनू होर कम ही कोई नहीं। दस तेरा पुत्र किथे, ते मेरी दीओ लैके गया, दस मैनू, पुछस नहीं कोनू। अबू जी मैनू कुछ नहीं पता। तैनू पता ते दस दे। अबू जी नहीं मैनू कुछ नहीं पता। झूठ नहीं बोलती खान जी, मैं लभना अपने पुत्र माफ कर दो। मिनट तो पहले लभ के मैं दसो किथे तेरा पुत्र ते किथे मेरी दी। ठीक है मैं जाओ, मैं जाना। अस्सलाम वालेकुम नाज़रीन जी, मैं उर्मिशा हुसैन, कैसे हैं आप सब लोग? उम्मीद करती हूँ कि आप सब लोग खैरियत से होंगे। ये हमने आपको दिखाया है कि अमीर माँ बाप की बिगड़ी हुई औलाद किस तरह बेअदब हो जाती है, गुस्ताख हो जाती है, किस तरह वो बदतमीज़ हो जाती है। ये चीज़ हमने आपको दिखाई है कि दौलत के नशे में माँ बाप को इतना भी अंधा नहीं हो जाना चाहिए कि वो अपने अपने बच्चों पर नज़र ना रखें कि उनके बच्चे क्या कर रहे हैं, किस तरह गुस्ताख हो गए हैं, उन्हें इज्जत एहतराम भूल गया है। उन्हें अपने बच्चों पर भी नज़र रखनी चाहिए कि उनकी औलाद क्या कर रही है, ये माँ बाप का फ़र्ज़ बनता है। तो इस तरह नहीं आप लोगों को करना चाहिए, हमने आपको ये चीज़ दिखाई है। और किस तरह लड़कियां जो है अपने माँ बाप की इज्जत का जनाजा निकाल देती हैं, ये भी गलत चीज़ है, ये सिर्फ हमने आपको ये दिखाई है। तो नाज़रीन अगर आपको हमारी ये स्टोरी अच्छी लगी हो तो लाजमी हमें कमेंट में बताइएगा, जितना हो सके हमारी स्टोरी को लाइक किया करें, जितना हो सके शेयर किया करें। जाते जाते बारा टीवी पाकिस्तान।